ਉਣਕੀ ਹੋ ਗਿਆ ਹੁਣ ਸੱਟ ਲੱਗ ਗਈ ਹੈ ਹੁਣ ਡਾਂਸ ਚੁੱਕ ਕੇ ਰਕਾਉਣ ਲੱਗ ਪਈ ਸੱਟ ਲੱਗ ਗਈ ਹੈ ਅੱਲਾ ਰਹਿਮ ਕਰੇ ਕਿਸ ਤਰ੍ਹਾਂ ਟਰਾਲੀ ਲੰਘ ਗਈ ਸੀ ਉਤੋਂ ਓਏ ਉਤੋਂ ਲੰਘ ਗਈ ਹਾਂਜੀ ਤੇ ਤੁਸੀਂ ਥੱਲੋਂ ਲੰਘ ਜਾਂਦੇ ਥੱਲੋਂ ਲੰਘੇ ਤਾਂ ਇੱਥੇ ਚੜ੍ਹ ਗਏ ਸੀ ਨਾ ਏ ਏ ਇਹ ਇਹ ਪਹਿਲੇ ਮੈਨੂੰ ਚੈੱਕ ਕਰਾਓ ਥੋੜ੍ਹੀ ਜਿਹੀ ਮੈਂ ਚੈੱਕ ਫੱਕਾ ਮਰਵਾਵਾਂ ਤੇ ਵੀ ਅਸਲਾਮ ਵਾਲੀਕਮ ਭਾਜੀ ਇਹ ਟਰਾਲੀਆਂ ਆਪਣੀਆਂ ਜੀ ਹਾਂਜੀ ਭਾਜੀ ਕਿੰਨੇ ਟਰਾਲੀ ਦਿੰਦੇ ਹੋ ਟਰਾਲੀ ਵੱਡੀ 4500 ਦੀ ਦੂਜੀ 2000 ਦੀ ਛੋਟੀ ਛੋਟੀ 2000 ਦੀ ਹਾਂਜੀ ਅੱਛਾ ਤੇ ਰੇਤ ਸਹੀ ਇੱਕ ਨੰਬਰ ਆ ਹਾਂਜੀ ਰੇਤ ਇੱਕ ਨੰਬਰ ਰਾਵੀ ਦੀ ਅੱਛਾ ਜੀ ਹਾਂਜੀ ਤੇ ਸ਼ੁਰੂ ਤੋਂ ਹੀ ਤੁਸੀਂ ਇਹ ਕੰਮ ਕਰਦੇ ਹੋ ਹਾਂਜੀ ਸ਼ੁਰੂ ਤੋਂ ਇਹੋ ਹੀ ਕਰੀਦਾ ਚਲੋ ਅੱਛਾ ਹੈ ਮੈਂ ਵੈਸੇ ਹੋਰ ਵੀ ਫਿਰ ਤੁਰ ਕੇ ਪਤਾ ਕਰ ਲਵਾਂ ਕਰ ਸਕਦੇ ਜੀ ਤੇ ਤੁਸੀਂ ਵੀ ਭਾਜੀ ਟਰਾਲੀ ਟਰੂਲੀ ਲਾਉਂਦੇ ਹੋ ਜੀ ਜੀ ਸਰਕਾਰ ਕਿੰਨੇ ਦੀ ਹੈ 2000 ਦੀ 4500 ਦੀ 2000 ਵਾਲੀ 'ਚ ਕੀ ਖਸੂਸੀਅਤ ਉਹ ਛੋਟੀ ਹੈ 4500 ਵਾਲੀ ਵੱਡੀ ਤਿੰਨ ਫੱਟੇ ਲੱਗੇ ਹੁੰਦੇ ਜਿੱਥੇ ਮਰਜ਼ੀ ਲਾ ਦੇ ਰਾਵੀ ਤੋਂ ਜੀ ਰਾਵੀ ਚ ਲਾਉਣੀ ਹੈ ਲਾ ਦੇਣਾ ਉਹਦੀ ਵਜ੍ਹਾ ਕਿ ਰਾਵੀ ਨੀਵੀਂ ਹੁੰਦੀ ਜਾਂਦੀ ਹੈ ਠੀਕ ਹੈ ਜੀ ਮੈਂ ਕਹਿੰਦਾ ਉਹਦੀ 4-5 ਰੇਤ ਦੀਆਂ ਟਰਾਲੀਆਂ ਸਟਾ ਦਈਏ ਕਿਉਂਕਿ ਰਾਵੀ 'ਚ ਗੰਦ ਬਹੁਤ ਆ ਰਿਹਾ ਇਸ ਵੇਲੇ ਸ਼ੋਪਰ 'ਤੇ ਪਤਾ ਨਹੀਂ ਕੀ ਆ ਰਿਹਾ ਠੀਕ ਹੈ ਹੈ ਜੀ ਠੀਕ ਹੈ 2000 ਰੁਪਏ ਦੀ ਮੈਂ ਅੱਗੋਂ ਪਤਾ ਕਰ ਲਵਾਂ ਕਿਤੇ ਸਸਤੀ ਮਿਲ ਜਾਏ ਕਰ ਲਓ ਅੱਛਾ ਤੁਸੀਂ ਵੀ ਲਾਉਂਦੇ ਹੋ ਟਰਾਲੀ ਜੀ ਇਸੇ ਉਮਰੇ ਟਰਾਲੀ ਚਲਾਉਣ ਲੱਗ ਪਿਆ ਜੀ ਹੈ ਹਾਂਜੀ ਹੋਲ ਡਰਾਈਵਰ ਆ ਜੀ ਲਾਇਸੈਂਸ ਹੈ ਨਹੀਂ ਸਰ ਚਲੋ ਉਹ ਵੀ ਬਣ ਜਾਏਗਾ ਧਿਆਨ ਨਾਲ ਚਲਾਇਆ ਕਰ ਦਿਲ ਹੋਣਾ ਚਾਹੀਦਾ ਕਰਦੇ ਸੀ ਲੇਕਿਨ ਹੁਣ ਨਹੀਂ ਹੁੰਦਾ ਹੁਣ ਕੀ ਹੋ ਗਿਆ ਹੁਣ ਸੱਟ ਲੱਗ ਗਈ ਹੈ ਹੁਣ ਡਾਂਸ ਚੁੱਕ ਕੇ ਰਕਾਉਣ ਲੱਗ ਪਈ ਸੱਟ ਲੱਗ ਗਈ ਅੱਲਾ ਰਹਿਮ ਕਰੇ ਕਿਸ ਤਰ੍ਹਾਂ ਟਰਾਲੀ ਲੰਘ ਗਈ ਸੀ ਉਤੋਂ ਉਤੋਂ ਲੰਘ ਗਈ ਹਾਂਜੀ ਤੇ ਤੁਸੀਂ ਥੱਲੋਂ ਲੰਘ ਜਾਂਦੇ ਥੱਲੋਂ ਲੰਘੇ ਤਾਂ ਇੱਥੇ ਚੜ੍ਹ ਗਏ ਸੀ ਨਾ ਨਹੀਂ ਕੋਈ ਸਾਨੂੰ ਥੋੜਾ ਜਿਹਾ ਇੱਕ ਅੱਧਾ ਸਟੈਪ ਕਰ ਦਿਓ ਪੂਰੀ ਦੁਨੀਆ ਤੁਹਾਨੂੰ ਦੇਖ ਰਹੀ ਹੈ ਇਸ ਵੇਲੇ ਅੱਛਾ ਤੁਸੀਂ ਲਾਹੌਰ ਸ਼ਹਿਰ 'ਚ ਖਲੋਤੇ ਹੋ ਮੈਂ ਫੈਸਲਾਬਾਦ ਦਾ ਮੈਂ ਲਾਹੌਰ ਦਾ ਨਹੀਂ ਹੈਗਾ ਬਸ ਫਿਰ ਫੈਸਲਾਬਾਦ ਤੇ ਜ਼ਿੰਦਾ ਦਿਲ ਲੋਕ ਰਹੇ ਉੱਥੇ ਜੁਗਤਾਂ ਵੀ ਕਰਦੇ ਡਾਂਸ ਵੀ ਕਰਦੇ ਹਾਂਜੀ ਕੱਪੜਾ ਵੀ ਵੇਚੀ ਜਾਂਦੇ ਹਾਂਜੀ ਕੱਪੜੇ ਉੱਥੇ ਸਾਰਾ ਆਉਂਦਾ ਜੀ ਹਾਂਜੀ ਹਾਂਜੀ ਆ ਜਿਹੜਾ ਤੁਸੀਂ ਪਾਇਆ ਇਹ ਵੀ ਉੱਥੋਂ ਹੀ ਆਇਆ ਨਹੀਂ ਇੰਡੀਆ ਤੋਂ ਆਇਆ ਜੀ ਅੱਛਾ ਇੰਡੀਆ ਤੋਂ ਰੁੜ ਕੇ ਆਇਆ ਰੁੜ ਕੇ ਆ ਜੀ ਮੈਂ ਜਗ ਫੜ ਲਿਆ ਸੀ ਜੋ ਸਲਾਹ ਪਾਇਆ ਓਏ ਆ ਯਾਰ ਭਾਈ ਹੈਲੋ ਇੱਧਰ ਆ ਲਾ ਕੋ ਗਾਣਾ ਇੱਧਰ ਗਾਣਾ ਲਾ ਬਾਬਾ ਜੀ ਦੇਖ ਦੋ ਸਟੈਪ ਵੇਖ ਲਈ ਇਹ ਤੁਸੀਂ ਆਪਣਾ ਮੋਬਾਈਲ ਕੱਢਿਆ ਮੈਂ ਆਪਣਾ ਕੱਢਾਂਗਾ ਵਾਹ 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 ਸ਼ੋਪਰ ਜੀ ਚੌਲ ਪਾਉਣੇ ਆ ਬੱਲੇ ਵਾਹ ਜੀ ਵਾਹ ਵਾਹ ਜੀ ਵਾਹ ਲਓ ਜੀ ਮਿਹਰਬਾਨੀ ਬਾਬਾ ਜੀ ਮਿਹਰਬਾਨੀ ਅਸਲਾਮ ਵਾਲੇਕਮ ਵਾਲੇਕਮ ਸਲਾਮ ਜੀ ਭਾਅ ਜੀ ਕੀ ਗੱਲ ਰੇਤ ਨੂੰ ਪਾਣੀ ਲਾ ਰਹੇ ਬੇਹੋਸ਼ ਹੋ ਗਈ ਭਾਅ ਜੀ ਇਹ ਗੱਲ ਅੱਬੇ ਦੀ ਕਬਰ ਪੱਕੀ ਕਰ ਰਹੇ ਭਾਅ ਜੀ ਇਹ ਤਾਂ ਕਿਰ ਜਾਂਦੀ ਆ ਥੱਲੇ ਖੁਸ਼ਕ ਹੋ ਕੇ ਤੇ ਥੱਲੇ ਕਿਰਦੀ ਆ ਜਰਾ ਤਾਰ ਕਰ ਦੀਦੀ ਹੈ ਯਾਨੀ ਕਿ ਪਾਣੀ ਦੇ ਨਾਲ ਫਿਰ ਸਹੀ ਰਹਿੰਦੀ ਹੈ ਹਾਂਜੀ ਤੇ ਤੁਸੀਂ ਚਲਾਉਂਦੇ ਹੋ ਟਰਾਲੀ ਹਾਂਜੀ ਟਰਾਲੀ ਵੀ ਸਾਡੀ ਅਤੇ ਰੇਤ ਵੀ ਸਾਡੀ ਆ ਭਾਈ ਅੱਛਾ ਜੀ ਕਿੰਨੇ ਦੀ ਟਰਾਲੀ ਇਹ 2500 ਰੁਪਏ ਦੀ ਛੋਟੀ ਆ ਟਰਾਲੀ ਭਾਈ 2500 ਕਿੰਨਾ ਹੁੰਦਾ 55 ਪੜਿਆ ਨਹੀਂ ਤੁਸੀਂ 25 ਹਾਂਜੀ ਯਾਨੀ ਕਿ 2500 2000 ਅਤੇ 500 ਹਾਂਜੀ 2500 ਦੀ ਅੱਛਾ ਜੀ ਹਾਂਜੀ ਤੇ ਪਿੱਛੋਂ ਵੀ ਮੈਂ ਇੱਕ ਵਾਰ ਟਰਾਲੀ ਲੈ ਕੇ ਗਿਆ ਇੱਥੋਂ ਜ਼ਿਆਦਾ ਕਿਰਕ ਵਾਲੀ ਦੇਤੀ ਸੀ ਉਹਨਾਂ ਨੇ ਅਤੇ ਅੱਗੋਂ ਕਿਉਂ ਨਹੀਂ ਲੈ ਕੇ ਗਏ ਭਾਅ ਜੀ ਪਤਾ ਕੀ ਆ ਉੱਥੇ ਮਕਾਨ ਬਣਨ ਦਾ ਮਿਸਤਰੀ ਲੱਗੇ ਨੇ ਸਾਨੂੰ ਚਾਹੀਦੀ ਹੈ ਟਰਾਲੀ ਅਤੇ ਕੁਛ ਘੱਟ ਕਰੋ ਤੁਸੀਂ ਵੀ ਤੁਸੀਂ ਗੱਲ ਵੀ ਘੱਟ ਕਰੋ ਨਾ ਅਤੇ ਤੁਸੀਂ ਆਉਂਦਿਆਂ ਵੀ ਘੱਟ ਕਰਾਉਣ ਲੱਗ ਗਏ ਅੱਧੀ ਕਿੰਨੇ ਦੀ ਹੈ ਅੱਧੀ ਟਰਾਲੀ ਅੱਧੀ ਕਿੰਨੇ ਦੀ 1250 ਦੀ ਅਤੇ ਅੱਧੀ ਤੋਂ ਅੱਧੀ ਲੈਣੀ ਹੋਵੇ 650 ਦੀ ਇਹ ਦੋ ਪੀਪਾ ਕਿੰਨੇ ਦਾ ਇੱਕ ਪੀਪਾ ਨਹੀਂ ਹੁੰਦਾ ਪੀਪਾ ਵੀ ਦੇ ਦਿੰਦੇ
ਉਹ ਭਾਈ ਪੀਪੇ ਨਹੀਂ ਦਿੰਦੇ ਇੱਥੇ ਸਾਡੇ, ਇਹ ਸਾਰੀ ਟਰਾਲੀ ਦੀ ਗੱਲ ਹੁੰਦੀ ਆ, ਅਸੀਂ ਤੂੰ ਭਾਂਡੇ ਧੋਣ ਲਈ ਲੈਣੀ। ਭਾਂਡੇ ਧੋਣ ਵਾਲੀ ਲੈਦਾ ਹੁੰਦੀ ਕੋਈ? ਲੈਦਾ ਇਹੋ ਹੀ ਹੁੰਦੀ ਆ, ਉਹ ਕਿਹੜਾ ਕਿਤੇ ਲੈਦਾ ਕੰਪਨੀ ਬਣਾਉਂਦੇ ਆ। ਇੱਥੇ ਮੈਨੂੰ ਇਹਦੇ ਕੋਲ ਖਲੋ ਕੇ ਪਹਿਲਾਂ ਮੈਨੂੰ ਚੈੱਕ ਕਰਾਓ ਥੋੜ੍ਹੀ ਜਿਹੀ। ਮੈਂ ਚੈੱਕ ਫੱਕਾ ਮਰਵਾਵਾਂ ਤੈਨੂੰ, ਕਿੱਦਾਂ ਚੈੱਕ ਹੁੰਦੀਆਂ ਭਾ ਇਹ ਸਾਰੇ? ਆ ਡੀ ਐੱਚ ਏ ਅਤੇ ਡਿਫੈਂਸ ਅਤੇ ਸਾਡੀ ਸਾਰੀ, ਅਸੀਂ ਰੇਤ ਲਾਉਂਦੇ ਜਾ ਕੇ। ਉੱਥੇ ਤੁਸੀਂ ਜਾਂਦੇ ਹੋ? ਆਹਾ, ਤੁਹਾਨੂੰ ਕਿੱਦਾਂ ਚੈੱਕ ਕਰਾਂ, ਚਮਚੀ ਲਵਾਵਾਂ ਇੱਕ ਰੇਤ? ਮੈਂ ਕਹਿੰਦਾ ਤੇ ਥੱਲੋਂ ਮੈਨੂੰ ਦੇ ਕੱਢ ਕੇ, ਉਤਲੀ ਉਤਲੀ ਚੁੱਕ ਲਾ, ਥੱਲੋਂ ਦੇ ਕੱਢ ਕੇ ਉੱਤੇ, ਥੱਲੇ ਜਿਹੜੀ ਬੈਠੀ ਆ ਨਾ ਉਹ ਸਹੀ ਹੁੰਦੀ ਆ, ਉੱਤੇ ਤੁਸੀਂ ਬੂਟੀ ਲਾਈ ਹੈ। ਯਾਰ ਇਹ ਕੋਈ ਕਿੰਨੂ ਨਹੀਂ ਹੈਗੇ, ਸੇਬ ਨਹੀਂ ਹੈਗੇ ਜਿਹੜੇ ਅਸੀਂ ਚੰਗੇ ਉੱਤੇ ਅਤੇ ਗਲੇ ਥੱਲੇ ਲਾ ਦੇਣੇ। ਭਾਈ ਇੱਥੇ ਫਿਰ ਹੁੰਦਾ ਯਾਰ, ਤੂੰ ਤਾਂ ਬਹਿਸ ਕਰ ਰਿਹਾ। ਭਾਈ ਆ ਮੇਰੇ ਸਾਰੇ ਨਾਲ ਦੇ ਕੰਮ ਕਰਦੇ ਆ ਜੀ। ਅੱਛਾ ਜੀ, ਤੁਸੀਂ ਵੀ ਕਰਦੇ ਹੋ? ਹੈਂ ਜੀ ਜੀ, ਸਾਰੀਆਂ ਟਰਾਲੀਆਂ ਤੁਸੀਂ ਦਿੰਦੇ? ਇਹ ਦੇਖੋ ਭਾਅ ਜੀ, ਇਹਦੇ 'ਚ ਨਾ ਕਿਰਕ ਜ਼ਿਆਦਾ ਹੈ ਯਾਰ, ਕਿਰਕ ਘੱਟ ਵਾਲੀ। ਯਾਰ ਤੂੰ ਐਂ ਕਰਕੇ ਵੇਖੀ ਜਿਹੜਾ ਵੇਖਿਆ ਵੀ ਕਿਰਕ ਨਹੀਂ। ਮੈਨੂੰ ਚਾਹੀਦੀ ਹੈ, ਮਤਲਬ ਮਕਾਨ ਵੀ ਬਣਾਉਣਾ, ਭਾਂਡੇ ਮਾਂਜਣ ਵਾਲੇ ਵੀ ਚਾਹੀਦੀ, ਅਤੇ ਗਲੀ ਵੀ ਬਣਾਉਣੀ ਹੈ, ਗਲੀ 'ਚ ਪਾਉਣ ਵਾਲੀ ਲਹਿਦਾ ਹੁੰਦੀ ਹੈ। ਯਾਰ ਤੂੰ ਸਾਡੇ ਵੱਲੋਂ ਕਵਰ 'ਤੇ ਲੈ ਲਈ, ਸਾਨੂੰ ਕੀ ਇਸਦੇ 'ਤੇ ਮੁੱਲ ਵੇਚ? ਪਤਾ ਨਹੀਂ ਬਹਿਸ ਕਰ ਰਹੇ ਹਾਂ, ਬਹਿਸ ਵਾਲੀ ਕਿਹੜੀ ਗੱਲ ਵਾ? ਚਲੋ ਕੋਈ ਗੱਲ ਨਹੀਂ, 2500 ਰੁਪਇਆ ਲੱਗਣਾ ਵਾ। 2500 ਨਹੀਂ, 2500 ਮੈਂ ਅੱਗੇ ਉੱਥੇ ਪਤਾ ਕੀਤਾ, ਉਹ ਮੈਨੂੰ 1600-1700 ਦੀ ਕਹਿ ਰਿਹਾ, ਅਤੇ ਉੱਥੇ ਚਲੇ ਜਾ, ਹੁਣ ਤੇਰੀ ਲੱਤ ਟੁੱਟ ਗਈ। ਅਤੇ ਉਹ ਮੈਨੂੰ ਸਹੀ ਨਹੀਂ ਸੀ ਲੱਗੀ। ਅੱਛਾ, ਟਰਾਲੀ ਤੋੜ ਜਾਏਗੀ ਗਲੀ ਦੇ ਵਿੱਚ? ਤੋੜ ਜਾਏਗੀ ਗਲੀ, ਕਿੱਧਰ ਕਲੋਨੀ ਕਿਹੜੀ ਆ? ਕਲੋਨੀ ਗਾਜ਼ੀਆਬਾਦ ਆ, ਉਹ ਗਲੀਆਂ ਤੰਗ ਨੇ, ਉੱਥੇ ਬਾਹਰ ਲਾਉਣੀ ਤੁਸੀਂ, ਅੱਗੋਂ ਖੋਤਿਆਂ 'ਤੇ ਜਾਣੀ ਆ, ਅਤੇ ਖੋਤੇ ਹੈਗੇ ਤੇਰੇ। ਇੱਥੋਂ ਲੈ ਜਾਓ ਬਾਲਟਿਆਂ 'ਚ ਪਾ ਕੇ, ਥੋੜ੍ਹੀ ਥੋੜ੍ਹੀ ਪੈਸੇ ਘੱਟ ਕਰ ਲਾਂਗੇ। ਨਹੀਂ ਅੱਗੋਂ ਖੋਤਿਆਂ 'ਤੇ ਜਾਂਦੀ ਨਾ, ਅੰਦਰ ਟਰਾਲੀ ਨਹੀਂ ਜਾਂਦੀ, ਮੈਂ ਇਸ ਲਈ ਉਹ ਖੋਤੇ ਭਾਈ ਇਹ ਕਿਹੜਾ ਅਫਗਾਨਿਸਤਾਨ ਆ, ਹੁਣ ਖੋਤਾ ਕਿੱਥੇ ਲੱਭਦਾ? ਕਿਉਂ ਖੋਤਾ ਕਿੱਥੇ ਗਿਆ? ਖੋਤਾ ਤਾਂ ਮੇਰੇ ਨਾਲ ਗੱਲਾਂ ਕਰਨ ਦੇ ਆ। ਭਾਅ ਜੀ ਰੇਤ ਲੈਣੀ ਤੁਸੀਂ? ਰੇਤ ਲੈਣੀ? ਐਡਰੈਸ ਲਿਖਾਓ, ਐਡਵਾਂਸ ਦੇਵੋ ਅਤੇ ਆਪਣੇ ਰੇਤ ਲਵੋ। ਅੱਛਾ, ਤੁਹਾਡੀ ਗੁਫ਼ਤਗੋ 'ਚੋਂ ਵੀ ਕਿਰਕ ਆ ਰਹੀ ਮੈਨੂੰ, ਉਹ ਰੇਤ ਦਾ ਕੰਮ ਕਰਦੇ ਨਾ ਤੁਸੀਂ, ਇਸ ਲਈ ਤੁਸੀਂ ਬੁਰਸ਼ ਕਰਕੇ ਨਹੀਂ ਆਏ, ਤੁਹਾਨੂੰ ਹਰ ਗੱਲ 'ਚੋਂ ਕਿਰਕ ਆ ਰਹੀ ਆ। ਜਦੋਂ ਤੁਸੀਂ ਲਿਆਉਂਦਾ ਨਾ ਰੇਤ ਸ਼ਹਿਰ ਵੱਲ ਨੂੰ, ਉੱਡਦੀ ਬਹੁਤ ਆ ਪਿੱਛੇ, ਜਿਹੜਾ ਪਿੱਛੇ ਬੰਦਾ ਹੁੰਦਾ ਨਾ ਉਹਦੇ ਸਾਰੀ ਅੱਖਾਂ 'ਚ ਪੈ ਜਾਂਦੀ। ਯਾਰ ਉੱਡਦੀ ਹੁਣ ਬਾਜ਼ਾਰ ਵਾ, ਖੁਸ਼ਕ ਹੋ ਜਾਂਦੀ ਆ ਅਤੇ ਥੋੜ੍ਹੀ ਬਹੁਤੀ ਤਾਂ ਫਿਰ ਡਿੱਗਣੀ ਹੁੰਦੀ ਆ ਨਾ। ਹੁਣ ਕੋਈ ਬੰਦਾ ਉੱਤੇ ਬਹਿ ਜਾਏ ਜੱਫੀ ਪਾ ਕੇ ਰੇਤ ਨਾ ਨਾ ਜਾਵੇ, ਉੱਤੇ ਕੱਪੜਾ ਕੋਈ ਪਾ ਲਓ ਇੰਝ ਕਰਕੇ, ਚਲੋ ਵੀ ਨਾ ਡਿੱਗੇ। ਉਹ ਕੱਪੜਾ ਕੁੱਪੜਾ ਨਹੀਂ ਹੁੰਦਾ ਭਾਅ ਜੀ, ਇੰਝ ਹੀ ਚੱਲਦਾ ਵਾ ਸਾਰਾ। ਅੱਛਾ ਜੀ, ਹਾਂਜੀ, ਚਲੋ ਬੁੱਕ ਘੱਟ ਕਰੋ, ਤੁਹਾਡੀ ਮਿਹਰਬਾਨੀ, ਤੁਸੀਂ ਵੀ ਗੱਲ ਘੱਟ ਕਰੋ। ਕਿੱਥੋਂ ਲਿਆਉਂਦੇ ਰੇਤ? ਰਾਵੀ ਤੋਂ ਲਿਆਈ ਦੀ ਭਾਈ, ਹੋਰ ਕਿੱਥੋਂ ਲਿਆਉਣੀ? ਤੇ ਕਦੀ ਰੇਤ 'ਚੋਂ ਕੁਛ ਲੱਭਿਆ? ਰੇਤ 'ਚੋਂ ਕੀ ਲੱਭਣਾ ਵਾ? ਉਹ ਮੋਤੀ ਲੱਭਦੇ ਬੜੇ ਬੜੇ ਆਲਾ, ਹੀਰੇ ਲੱਭ ਜਾਂਦੇ ਆ। ਇਹ ਕਿਹੜਾ ਸਮੁੰਦਰ ਵਾਲੀ ਰੇਤ ਆ, ਰਾਵੀ 'ਚੋਂ ਕੀ ਲੱਭਣਾ ਵਾ? ਰਾਵੀ 'ਤੇ ਤਾਂ ਕਿਤੇ ਮਰੀ ਮੱਝ ਆ ਜਾਂਦੀ ਆ, ਜਾਂ ਦਰਖਤ ਕੱਟੇ ਆ ਜਾਂਦੇ ਆ, ਜੁੱਤੀਆਂ ਖੁਸ਼ਕ ਜਿਹੜੀਆਂ ਰੂੜੀਆਂ ਆਉਂਦੀਆਂ, ਛਾਪਰ ਆਉਂਦੇ ਆ, ਹੋਰ 'ਚ ਕੀ ਨਿਕਲ ਆਉਣਾ? ਉਹ ਵੀ ਤਾਂ ਵਿੱਚੋਂ ਕਾਫੀ ਮਹਿੰਗੇ ਵਿਕਦੇ ਹੋਣੇ। ਉਹ ਕੀ ਸਾਡੇ ਕੀ ਕੰਮ ਦੇ, ਇਸ 'ਤੇ ਰੇਤ ਜਦੋਂ ਖੁਸ਼ਕ ਹੁੰਦੀ ਆ ਉਦੋਂ, ਅਤੇ ਜਦੋਂ ਸਲਾਬ ਆਵੇ ਫੇਰ ਫਾਇਦਾ ਹੁੰਦਾ। ਮਿਸ਼ਤਾਕ ਨੇ ਤੋੜਾ ਕੱਢਿਆ, ਉਹ ਲੋਕੀ ਕਹਿੰਦੇ ਨਾ ਵੀ ਜਿਹੜੇ ਸ਼ਹੀਦ ਹੋ ਜਾਂਦੇ ਆ ਫਿਰ ਰੋੜ ਦਿੰਦੇ ਆ, ਉਹ ਫਿਰ ਅਸੀਂ ਚੁੱਕ ਕੇ ਇੱਕ ਪਾਸੇ ਕਰ ਲੈਂਦੇ ਹਾਂ। ਚਲੋ ਅੱਛੀ, ਉਹ ਵੀ ਅੱਲਾ ਦੀ ਕਲਾਮ ਆ। ਅਤੇ ਕਦੀ ਇੰਝ ਹੋਵੇ ਤੁਸੀਂ ਰੇਤ ਪੁੱਟਦੇ ਪੁੱਟਦੇ ਥੱਲੋਂ ਲਾਸ਼ ਨਿਕਲ ਆਈ ਹੋਵੇ? ਆਹ ਲਾਸ਼ ਤਾਂ ਮੇਰੇ ਸਾਹਮਣੇ ਖਲੋਤੀ ਗੱਲਾਂ ਕਰਨ ਡਈ ਹੈ, ਔਰ ਲਾਸ਼ ਭਾਈ ਇਹ ਨਹੀਂ ਗੱਲ, ਮੈਂ ਵੈਸੇ ਗੱਲ ਕਰ ਰਿਹਾ, ਨਿਕਲ ਹੀ ਆਉਂਦੀ ਚੀਜ਼, ਨਹਿਰਾ 'ਚੋਂ ਲਾਸ਼ਾਂ ਨਹੀਂ ਲੱਭ ਜਾਂਦੀਆਂ ਯਾਰ? ਉਹ ਲਾਸ਼ਾਂ ਤਾਂ ਰਾਵੀ 'ਚੋਂ ਵੀ ਲੱਭ ਜਾਂਦੀਆਂ, ਇੰਡੀਆ ਤੋਂ ਕਰੋੜ ਕੇ ਆਈ ਹੋਵੇ, ਉੱਧਰ ਚੜ੍ਹਦੇ ਪੰਜਾਬ ਵੱਲੋਂ ਇੱਧਰੋਂ ਯਾਰ ਕੀ ਸੁੱਟ ਦਿੰਦੇ ਵਿੱਚ ਮਾਰ ਕੇ ਬੰਦੇ। ਮੈਂ ਕਈ ਵਾਰੀ ਖਬਰਾਂ 'ਚ ਸੁਣਿਆ ਹੈਗਾ ਜੀ ਇੱਥੋਂ ਲਾਸ਼ਾਂ ਨਿਕਲੀਆਂ ਇੰਨੀਆਂ ਜੀ, ਇਹ ਹੋ ਗਿਆ ਇਹ ਹੋ ਗਿਆ। ਯਾਰ ਜਦੋਂ ਜਦੋਂ ਸਲਾਬ ਆਉਂਦਾ ਨਾ ਉਦੋਂ ਭਾਈ ਕੋਈ ਲਾਸ਼ ਲੂਸ਼ ਆ ਜਾਂਦੀ ਹੈ, ਰੁਟੀਨ 'ਚ ਨਹੀਂ ਕੋਈ ਵੀ ਆਉਂਦੀ? ਰੁਟੀਨ 'ਚ ਨਹੀਂ ਆਉਂਦੀ, ਹਾਂ ਅਗਰ ਤੁਹਾਨੂੰ ਜ਼ਰੂਰਤ ਹੋਵੇ ਫਿਰ ਲੱਭ ਜਾਂਦੀ। ਅੱਛਾ ਤੁਸੀਂ ਭਾਅ ਜੀ ਕੋਈ ਘੱਟ ਕਰੋ, ਤੁਹਾਡੀ ਮਿਹਰਬਾਨੀ ਆ। ਭਾਈ 2500 ਰੁਪਏ ਦੀ ਟਰਾਲੀ ਆ। ਅੱਛਾ, ਅਤੇ ਉੱਤੇ ਗਾਣੇ ਗੁਣੇ ਲੱਗਦੇ ਟਰਾਲੀ ਦੇ? ਯਾਰ ਟਰਾਲੀ ਸਾਡੀ ਗਾਣੇ 'ਤੇ ਮਰਾਦ ਹੈ, ਸਾਡਾ ਦਿਲ ਜਦੋਂ ਕਰੇ ਅਸੀਂ ਆਪ ਹੀ ਲਾਵਾਂਗੇ, ਇਹਦੇ 'ਚ ਤੁਹਾਡਾ ਕੀ ਕੰਮ? ਅਤੇ ਬਾਕੀ ਤੁਸੀਂ 2500 ਜ਼ਿਆਦਾ ਦੱਸ ਰਹੇ, ਮੈਂ ਰੁਪਈਆ ਦਿਆਂਗਾ ਤੁਹਾਨੂੰ, 1600 ਦੇ ਦਿਓ, 1600 ਦੀ ਟਰਾਲੀ ਦੇ ਦਿਓ। ਨਾ ਨਾ ਨਾ, 2500 ਤਾਂ ਰੁਪਈਆ ਇੱਕ ਨਹੀਂ ਘੱਟ ਹੋਣਾ ਬਾਬਾ। ਮੈਨੂੰ ਪਤਾ ਵਾ ਰਸਤੇ 'ਚ ਆਉਂਦੇ ਆ, ਤੁਹਾਡੇ ਬੜੇ ਚਲਾਨ ਹੋ ਜਾਂਦੇ ਨੇ, ਪੁਲਿਸ ਵਾਲਾ ਪਹਿਲੇ ਟਰਾਲੀ ਰੋਕਦਾ ਵੀ ਖਰੇ ਬੰਬ ਲੈ ਕੇ ਜਾ ਰਹੇ ਆ। ਸਾਡਾ ਤਾਂ 11 ਵਜੇ ਤੋਂ ਬਾਅਦ ਵੀ, 10 ਵਜੇ ਤੋਂ ਬਾਅਦ ਵੀ ਨਹੀਂ ਹਟਦੇ ਭਾਈ ਚਲਾਨ, ਸਾਡੇ ਮਿੰਟ 'ਚ ਮਾਰਦੇ ਆ ਵਾਰਡਨ ਵਾਲੇ ਚਲਾਨ ਕਰਦੇ। ਇਹ ਰਾਤ ਨੂੰ ਜਾਂਦੇ ਪੁੱਟਣ ਤੁਸੀਂ? ਹਜ਼ਾਰੀਆ ਜਦੋਂ ਚੁੰਗੀ ਦਾ ਸਾਡਾ ਖੁੱਲ੍ਹਦਾ ਨਾ ਟਾਈਮ, ਵੱਡੀ ਟ੍ਰੈਫਿਕ ਦਾ, ਫਿਰ ਅਸੀਂ ਰੇਤ ਸੁੱਟਣ ਜਾਣਾ ਹੁੰਦਾ। ਉਦੋਂ ਫਿਰ ਸਾਰੇ ਉੱਥੇ ਵੀ ਕੋਈ ਬੰਦੇ ਹੋਣੇ ਨਾ, ਠੇਕਾ ਹੀ ਹੋਣਾ ਉੱਥੇ ਵੀ। ਜ਼ਾਹਰੀ ਬਾਤ ਆ, ਉਹ ਜਿਹੜੇ ਠੇਕੇਦਾਰ ਆ ਨਾ ਸਾਡੇ, ਰਾਤ 'ਤੇ ਜਿਹੜੇ ਕੋਠੀਆਂ ਬਣਾਉਂਦੇ ਆ, ਉਹ ਫਿਰ ਸਾਨੂੰ ਫੋਨ ਕਰ ਦਿੰਦੇ ਆ ਜਾ ਕੇ ਰੇਤ ਲਾ ਆਈ ਦੀ। ਅੱਛਾ ਅੱਛਾ ਅੱਛਾ,
ਤੇ ਸਾਰਾ ਟੱਬਰ ਤੁਹਾਡਾ ਜਾਂਦਾ ਰੇਤ ਪੁੱਟਣ ਸਾਰਾ ਟੱਬਰ ਅਸੀਂ ਫੈਤਿਆ ਕਹਿਣ ਜਾਣਾ ਰੇਤ ਵੀ ਉੱਥੇ ਕੱਢਦੇ ਹੁੰਦੇ ਨਹੀਂ ਵੀ ਅਸੀਂ ਜਾਣਾ ਵਾ ਮੈਂ ਆਪਣੇ ਬੱਚਿਆਂ ਦੀ ਰੋਜ਼ੀ ਮੈਂ ਕਮਾਉਂਦਾ ਵਾ ਮੈਂ ਉੱਥੇ ਕੀ ਲੈਣ ਜਾਣਾ ਸਾਰੇ ਟੱਬਰ ਨੂੰ ਕੀ ਲੈਣ ਜਾਣਾ ਬੱਚੇ ਕਿੰਨੇ ਭਾਗ ਹੋ ਗਏ ਮੇਰੇ 8 ਬੱਚੇ ਆ ਕਿੰਨੇ 8 ਸਹੀ ਟਰਾਲੀ ਚਲਾਉਣਾ ਬੱਚੇ ਮਾਸ਼ਾਅੱਲਾ ਪੜ੍ਹ ਰਹੇ ਕੋਈ ਆਹ ਬੱਚੇ ਪੜ੍ਹ ਰਹੇ ਆ ਤਿੰਨ ਚਾਰ ਉਹਨਾਂ ਨੂੰ ਵੀ ਰੇਤ ਦੇ ਕੰਮ 'ਚ ਪਾਉਣਾ ਮੈਨੂੰ ਨਹੀਂ ਨਹੀਂ ਰੇਤ ਦੇ ਕੰਮ 'ਚ ਸਾਰੇ ਨਿਆਣੇ ਪੜ੍ਹ ਰਹੇ ਮੇਰੇ ਇਹਦੇ 'ਚ ਰੋਜ਼ੀ ਰੋਟੀ ਲੱਭ ਜਾਂਦੀ ਹੈ ਨਾ ਰੋਜ਼ੀ ਰੋਟੀ ਬਸ ਲੱਲਾ ਦੀ ਆਸ 'ਤੇ ਖਲੋਤੇ ਆ ਕੋਈ ਨਾ ਕੋਈ ਆਏਗਾ ਹੀ ਨਾ ਜਿੱਦਾਂ ਤੁਸੀਂ ਆ ਗਏ ਆਹੋ ਨਹੀਂ ਮੈਂ ਤਾਂ ਲੈ ਕੇ ਜਾਣੀ ਟਰਾਲੀ 2500 ਰੁਪਈਆ ਇਹ ਅਜੇ ਮੈਂ ਲੈ ਕੇ ਜਾਵਾਂਗਾ ਸੈਂਪਲ ਦੇ ਤੌਰ 'ਤੇ ਅਗਰ ਘਰਦਿਆਂ ਨੂੰ ਪਸੰਦ ਆ ਗਈ ਨਾ ਰੇਤ ਫਿਰ ਮੈਂ ਲੈਣੀ ਆ 40-50 ਟਰਾਲੀਆਂ ਚਲੋ ਲੈ ਜਾਓ ਜੇ ਰੇਤ ਤੁਹਾਡੇ ਮੈਦਾ ਨਾ ਖਰਾਬ ਹੋਏ ਤਾਂ ਫਿਰ ਨਾ ਲਿਓ ਮੈਦਾ ਮਤਲਬ ਖਾਣੀ ਮੈਂ ਮੈਦਾ ਕਦੇ ਇਹਦੇ 'ਚ ਨਹੀਂ ਵੀ ਕਿੱਦਾਂ ਕਹਿੰਦੇ ਹੋ ਵੀ ਥੋੜ੍ਹੀ ਜਿਹੀ ਰੇਤ ਲੈ ਕੇ ਜਾਣੀ ਆ ਤੁਹਾਡੇ ਸਾਹਮਣੇ ਹੀ ਆ ਵੇਖੋ ਆਹ ਵੇਖੋ ਚਮਕ ਚਮਕਦੀ ਰੇਤ ਆ ਇਹ ਗਿੱਲੀ ਆ ਭਾਅ ਜੀ ਮੈਨੂੰ ਸੁੱਕੀ ਚਾਹੀਦੀ ਹੈ ਸੁੱਕੀ ਆ ਘਰ ਜਾ ਕੇ ਅੱਗ 'ਤੇ ਰੱਖ ਲਈ ਸੁੱਕੀ ਰੇਤ ਅਸੀਂ ਤਾਂ ਪਾਣੀ ਦਾ ਤਰੌਂਕਾ ਲਾਇਆ ਵਾ ਵੀ ਯਾਰ ਕੀ ਗੱਲ ਕਰਨ ਦੇ ਆ ਭਾਅ ਤੂੰ ਤਾਂ ਸਿਆਣਾ ਬਿਆਣਾ ਬੰਦਾ ਯਾਰ ਭਾਅ ਮਸਤਾਗਾ ਦੇ ਮੇਰੀ ਗੱਲ ਸੁੱਕੀ ਇਸ ਤੋਂ ਪਾਣੀ ਤੋਂ ਲਾਈਦਾ ਵੀ ਜਦੋਂ ਗੱਡੀ ਚਲਾਈਦੀ ਹੈ ਨਾ ਆਹੋ ਮੈਂ ਪੈਸੇ ਦਿਆਂਗਾ ਤੂੰ ਉੱਤੋਂ ਲਾ ਲਾ ਮੈਂ ਬਸ ਲੈ ਜਾਂਗਾ ਯਾਰ ਉੱਤੋਂ ਕਿੱਦਾਂ ਲਾ ਲਾ ਭਾ ਮੈਂ ਉੱਤੋਂ ਵਾਲੀ ਉਤਲੀ ਵਾਲੀ ਕਿੱਥੇ ਰੱਖਾਂ ਮੁੜ ਕੇ ਤੂੰ ਕਵੇਂ ਪਛਾਣ ਕੇ ਉਹ ਦੇ ਜਿਹੜੀ ਉੱਤੇ ਵਾਲੀ ਰੇਤ ਹੀ ਪਈ ਹੈ ਉੱਤੋਂ ਲਾ ਲਾ ਥੱਲੀ ਸੁੱਕੀ ਦੇ ਮੈਨੂੰ 2500 ਰੁਪਈਆ ਭਾਜੀ ਲੱਗਣਾ ਵਾ ਸਾਨੂੰ ਦਵੋ ਐਡਰੈਸ ਤੁਸੀਂ ਭਾਜੀ ਕੀ ਟਰਾਲੀ ਚਲਾਉਂਦੇ ਹੋ ਨਾ ਹਾਂਜੀ ਤੁਹਾਡੇ ਕੋਲ ਵੱਡੀ ਆ ਕਿ ਛੋਟੀ ਵੱਡੀ ਵੀ ਹੈ ਛੋਟੀ ਵੀ ਦੋਵੇਂ ਹੈਗੀ ਵੱਡੀ ਕਿੰਨੇ ਦੀ ਵੱਡੀ 4500 ਰੁਪਏ ਤੂੰ ਵੱਡੀ ਛੋਟੀ ਇਕੱਠੀ ਦੇ ਦੇ ਉਹ ਭਾਈ ਹੈਲੋ ਕਿਹੜੀ ਵੱਡੀ ਛੋਟੀ ਓਏ ਵੱਡੀ ਇੱਕ ਛੋਟੀ ਦੇ ਦੇ ਯਾਰ ਕੀ ਹੋ ਗਿਆ ਤੈਨੂੰ ਤੂੰ ਦੇ ਦੇ ਹਾਂ ਕੀ ਆ ਵੇਚਣ ਨਹੀਂ ਆਇਆ ਘਰੋਂ ਰੇਤ ਵੀ ਕਹਿ ਭਾ ਹੈ ਨਾਲ ਨਾਲ ਰੇਤ ਰੇਤ ਹੀ ਆ ਹੋਰ ਤੂੰ ਦਵਾਣੇ ਲਾਏ ਉਹ ਤੋਂ ਹੋਰ ਕੋਈ ਬੰਦਾ ਸਿਆਣਾ ਬੜਾ ਤੂੰ ਮੈਨੂੰ ਕੋਈ ਅਜੀਬ ਜਿਹਾ ਹੀ ਲੱਗਦਾ ਲੈ ਸਿਆਣਾ ਬੜਾ ਟਰਾਲੀ ਮੇਰੀ ਆ ਮੈਂ ਸਿਆਣਾ ਤੈਨੂੰ ਮੈਂ ਕਿੱਥੇ ਕਰਨਾ ਭਾਜੀ ਤੁਸੀਂ ਵੀ ਟਰਾਲੀ ਚਲਾਉਂਦੇ ਹੋ ਤੁਸੀਂ ਵੀ ਰੇਤ ਲੈਣ ਆਏ ਹੋ ਅਸੀਂ ਭਾ ਮਜ਼ਦੂਰ ਉਹ ਯਾਰ ਹਰ ਬੰਦਾ ਮਜ਼ਦੂਰ ਆ ਦੇਖੋ ਅਸੀਂ ਵੀ ਮਜ਼ਦੂਰੀ ਕਰ ਰਹੇ ਹਾਂ ਹਰ ਬੰਦਾ ਮਜ਼ਦੂਰ ਹੀ ਹੈ ਕਿਉਂ ਜੀ ਭਾਜੀ ਤੁਸੀਂ ਇੰਜ ਕਰੋ 2500 ਰੁਪਈਆ ਭਾਈ ਲੱਗਣਾ ਵਾ 2500 ਜ਼ਿਆਦਾ ਵਾ ਭਾਈ ਹੁਣ 2500 ਜ਼ਿਆਦਾ ਨਹੀਂ ਮੰਗ ਰਿਹਾ ਚਲੋ ਪਿਆਰ ਮੁਹੱਬਤ ਕਰ ਲਓ ਉਹਦੇ ਨਾਲ ਪਿਆਰ ਮੁਹੱਬਤ ਮੈਂ ਹੁਣ ਜੱਫੀ ਪਾ ਲਵਾਂ ਪਿਆਰ ਮੁਹੱਬਤ ਨਹੀਂ ਉਹ ਬਜ਼ੁਰਗ ਸੀਨੀਅਰ ਲੱਗਦੇ ਤੇਰੇ ਤੋਂ ਤੂੰ ਨਵਾਂ ਨਵਾਂ ਲੱਗਦਾ ਨਵਾਂ ਨਵਾਂ ਤੇ ਨਹੀਂ ਗੱਲ ਭਾਜੀ ਉਹ ਡਰਾਈਵਰ ਵੀ ਹੈਗਾ ਆਪਣਾ ਕੰਮ ਕਰਦੇ ਆ ਅਸੀਂ ਆਪਣੀ ਟਰਾਲੀ ਦਾ ਜਿਹੜਾ ਵੀ ਹਿਸਾਬ ਲਾਣਾ ਵੇ ਸਾਨੂੰ ਵਾਰੇ 'ਚ ਨਹੀਂ ਹੈਗਾ ਅਸੀਂ 2500 ਤੋਂ ਘੱਟ ਨਹੀਂ ਦਿੰਦੇ ਯਾਰ 2500 ਕਹਿੰਦੇ ਆ ਪਿਆਰ ਮੁਹੱਬਤ ਕਰ ਲਾ ਤੂੰ 2500 ਤੇ ਅੜਿਆ ਜਿਹੜਾ ਕੋਈ ਗਾਹਕ ਆਵੇ ਗਾਹਕ ਦੇ ਮੌਤ ਦਾ ਕੋਈ ਪਤਾ ਨਹੀਂ ਯਾਰ ਪਿਆਰ ਮੁਹੱਬਤ ਕੀ ਮੈਂ ਡਾਂਸ ਕਰਾਂ ਤੇਰੇ ਅੱਗੇ ਐਂ ਕਰਾਂ ਉਹਨਾਂ ਦੇ 2500 ਮੈਂ ਤੇਰੇ 'ਤੇ ਸੁੱਟ ਦਿਆਂ ਯਾਰ ਆਹ ਕਰਾਂ ਵੀ ਅਗਰ ਆਪਣੀ ਟਰਾਲੀ ਤੇ ਵੇਖ ਆਪਣੀ ਟਰਾਲੀ ਨੂੰ ਕੀ ਆ ਆ ਤੂੰ ਕਬਰ ਜੀ ਬਣਾਈ ਆ ਥੋੜ੍ਹੀ ਜਿਹੀ ਇਹਨੂੰ ਪੱਧਰੀ ਕਰ ਯਾਰ ਬਸ ਤੇਰੇ ਲਈ ਸਹੂਲਤ ਹੀ ਆ ਫਿਰ ਪੈ ਜਾ ਕਬਰ ਤੂੰ ਉੱਤੋਂ ਲਾ ਲਾ ਥੱਲੋਂ ਮੈਨੂੰ ਸੋ ਯਾਰ ਕਿੱਥੋਂ ਉੱਤੋਂ ਲਾ ਲਾ ਭਾ ਜਾ ਤੇਰਾ ਦਿਮਾਗ ਖਰਾਬ ਹੋਇਆ ਤੇ ਸੁਣੋ ਉੱਤੋਂ ਕਿੱਥੇ ਲਾ ਲਾ ਮੈਂ ਵੀ ਰੇਤ ਅਸੀਂ ਤਰੌਂਕਾ ਲਾਉਂਦੇ ਵੀ ਰਾਹ 'ਚ ਡਿੱਗੇ ਨਾ ਚੱਲ ਇੱਧਰ ਪੱਖਾ ਲਾ ਦੇ ਜ਼ਰਾ ਕੋਈ ਪੱਖਾ ਹੈਗਾ ਸੁੱਕ ਜਾਏਗੀ ਮੈਂ ਲੈ ਜਾਂਦਾ ਪੱਖਾ ਲਾ ਦੇ ਹਾਂ ਤੈਨੂੰ ਹੱਥ ਵਾਲਾ ਪੱਖਾ ਦੇ ਤਾਂ ਆਪ ਚੱਲ ਲਈਏ ਮੇਰੀ ਗੱਲ ਸੁਣ ਇਹ ਜ਼ਿਆਦਾ ਵਾ ਉਹ ਕਹਿ ਰਹੇ 2500 ਨਹੀਂ 1600 ਲੈ ਲਾ ਤੂੰ ਬਸ ਉਹ ਫੋਨ ਤੇ ਗੱਲ ਕਰ ਰਹੇ ਉਹਨਾਂ ਨੂੰ ਵੀ ਆਰਡਰ ਆ ਗਿਆ ਹਾਂਜੀ ਭਾਈ ਗੱਲ ਵਾਰੇ 'ਚ ਆਉਂਦੀ ਆ ਜਾਂ ਨਹੀਂ ਮੇਰੇ ਨਹੀਂ ਵਾਰੇ 'ਚ ਆਉਂਦੀ ਚਲੋ ਠੀਕ ਆ ਵੀ ਨਹੀਂ ਆਉਂਦੀ ਤੇ ਕਿਸੇ ਹੋਰ ਉਹ ਪਾਣੀ 'ਚ ਆਉਂਦੇ ਆ ਉਹਦਾ ਯਾਰ ਵਿੱਚੋਂ ਰੇਤ ਤੋਂ ਤੁਸੀਂ ਭਾਰੀ ਕੀਤੀ ਆ ਆਵੇ ਯਾਰ ਭਾਰੀ ਸਟ੍ਰਾਬਰੀ ਲਾਈ ਹੈ ਅਸੀਂ ਭਾਰੀ ਕਾਹਦੇ ਨਾਲ ਕਰ ਲਈਏ ਯਾਰ ਮੇਰੀ ਗੱਲ ਸੁਣ ਤੂੰ ਗੱਲ ਮੇਰਾ ਹਾਸਾ ਕਢਾ ਦੇਣਾ ਇੱਕ ਤੇ ਨਹੀਂ ਵੀ ਰੇਤ ਆ ਅਸੀਂ ਇਹਨੂੰ ਭਾਰੀ ਕਰਕੇ ਕਿਹੜਾ ਇਸ ਕਿਹੜਾ ਤੋਲ ਕੇ ਵੇਚਦੇ ਆ ਵੀ ਐਂ ਕਰਕੇ ਭਾਰੀ ਸ਼ੈ ਕਰਨੀ ਹੈ ਕਦੋਂ ਦਾ ਤੂੰ ਟਰਾਲੀ ਚਲਾ ਰਿਹਾ ਮੈਨੂੰ 10 ਸਾਲ ਹੋ ਗਏ ਤੈਨੂੰ ਅਜੇ ਤੱਕ ਨਹੀਂ ਚਲਾਉਣੀ ਆਈ ਚਲਾਉਣ ਵੀ ਗਾਹਕ ਆਇਆ ਤੂੰ ਵਿੱਚੋਂ ਲਾਹ ਕੇ ਹੁਣ ਨੂੰ ਤੂੰ ਇੱਕ ਹੋਰ ਭਰ ਲਿਆਉਣੀ ਸੀ ਉੱਥੋਂ ਨਹੀਂ ਕਿੱਦਾਂ ਤੈਨੂੰ ਪਤਾ ਲੱਗੇ ਤੈਨੂੰ ਥੱਲੇ ਦਵਾਂ ਚਲਾ ਕੇ ਫੇਰ ਪਤਾ ਲੱਗੇ ਮੈਂ ਉਹਨੂੰ ਪੁੱਛਿਆ 1600 ਮੰਗਣ ਦਿਆ ਤੂੰ 2500 ਮੰਗੀ ਜਾਂਦਾ ਭਾਈ ਉਹਨੂੰ ਤੇਰੀ ਰੇਤ 'ਚ ਕੀ ਆ ਮਤਲਬ ਇਹਦੇ 'ਚ ਕੀ ਅਮਰੂਦ ਨਿਕਲਦੇ ਆ ਯਾਰ ਉਹਨੂੰ 1600 'ਚ ਵਾਰੇ ਹੋਏਗਾ ਨੇ ਸਾਨੂੰ ਨਹੀਂ ਵਾਰੇ 'ਚ ਸਾਨੂੰ ਨਹੀਂ ਵਾਰੇ 'ਚ ਹੈਗਾ ਤੈਨੂੰ ਕੀ ਵਾਰੇ 'ਚ 8 ਬੱਚੇ ਆ ਤੈਨੂੰ ਇਹ ਵੀ ਨਹੀਂ ਵਾਰੇ 'ਚ
ਭਾਜੀ 2500 ਰੁਪਿਆ ਹੋਏਗਾ ਰੇਟ ਦਾ ਦੱਸੋ ਯਾਰ ਇੱਥੇ ਬੰਦੇ ਕਿਸੇ ਹੋਰ ਉਰੇ ਆ ਭਾਈ ਹੈਲੋ ਭਾਜੀ ਗੱਲ ਸੁਣਨਾ ਤੁਸੀਂ ਇੱਥੇ ਕੀ ਠੇਕੇਦਾਰ ਹੋ ਮੈਂ ਮੈਨੇਜਰ ਇੱਥੇ ਹੈ ਮੈਨੇਜਰ ਇੱਥੇ ਕਿਹੜੀ ਮੈਨੇਜਰ ਉਹ ਵਿਚਾਰੇ ਭਰ ਕੇ ਲਿਆਉਂਦੇ ਇੱਥੇ ਹੀ ਪਰੇ ਲੈ ਜਾਂਦੇ ਨਹੀਂ ਨਹੀਂ ਮੈਂ ਇਹਨਾਂ ਨੂੰ ਠੇਕਾ ਕੀਤਾ ਹੈ ਮੇਰੇ ਨਾਲ ਮੈਂ ਇਹਨਾਂ ਨੂੰ ਰੇਟ ਦਿੰਦਾ ਇਹ ਲੈ ਕੇ ਜਾਂਦੇ ਨੇ ਅੱਗੋਂ ਤੁਸੀਂ ਠੇਕੇਦਾਰ ਹੋ ਹਾਂਜੀ ਤੁਸੀਂ ਸਾਰਿਆਂ ਦਾ ਠੇਕਾ ਲਿਆ ਹਾਂਜੀ ਸਾਰਿਆਂ ਦਾ ਯਾਰ ਉਹ ਇਹਦਾ ਵੀ ਜਿੱਥੇ ਵਾਰੇ ਚ ਹੋਊਗੀ ਟੱਕ ਲੱਗ ਜੂਗਾ ਨੀ ਤੇਰੀ ਟਰਾਲੀ ਹੈ ਵੀ ਛੋਟੀ ਆ ਤੂੰ 2500 ਮੰਗ ਰਿਹਾ ਨਹੀਂ ਛੋਟੀ ਕਾਹਦੀ ਆ ਮੱਝ ਸਰਗੀ ਆ ਵੇਖ ਜਿੰਨੀ ਕੁ ਪੈਂਦੀ ਆ ਪਾਉਣ ਡਿਆ ਉਹਦੇ ਚ ਰੇਤ ਨਹੀਂ ਰੇਤ ਵੈਸੇ ਤੂੰ ਉੱਤੋਂ ਤੱਕ ਪਾਈ ਆ ਮੈਂ ਇਹ ਇਮਾਨਦਾਰ ਹੈਗਾ ਤੂੰ ਬੇਈਮਾਨੀ ਨਹੀਂ ਕਰਦਾ ਕੱਲ ਦੀ ਗੱਲ ਸੁਣ ਲਓ ਕੱਲ ਕੀ ਹੋਇਆ ਕੱਲ ਇੱਕ ਭਾਈ ਨੇ ਕਿਹਾ ਰੇਤ ਦੀ ਟਰਾਲੀ ਦੇ ਦਿਓ ਹਾਂ ਤੇ ਰਸਤੇ ਜਿਹੜਾ ਇੰਜ ਇੰਜ ਕਰਕੇ ਚਲਾਈਏ ਤੇ ਥੱਲੇ ਡਿੱਗ ਪਈ ਤੇ ਮੁੰਡੇ ਨੂੰ ਕਹਿੰਦਾ ਦਾਬੜੇ ਭਰ ਕੇ ਲੈ ਜਾਓ ਉੱਥੇ ਅੱਡੇ ਤੇ ਲਾ ਦੇ ਜਾ ਨਹੀਂ ਉਹ ਤੇ ਅੱਛੀ ਗੱਲ ਆ ਸਫਾਈ ਰੱਖਣੀ ਚਾਹੀਦੀ ਹੈ ਨਹੀਂ ਨਹੀਂ ਬਾਅਦ ਚ ਰੇਤ ਵੇਚਦਾ ਉੱਥੇ 8 ਬੱਚੇ ਨੇ ਇਹਨੂੰ ਸ਼ਰਮ ਹੀ ਨਹੀਂ ਆਉਂਦੀ ਸ਼ਰਮ ਵਾਲੀ ਚ ਟਰਾਲੀ ਟਰਾਲੀ ਜੋ ਇੱਕ ਪੀਪਾ ਲਾ ਲੈਣਾ ਕੀ ਆੜਤ ਲੈਣਾ ਇੱਥੇ ਨਹੀਂ ਨਹੀਂ ਪੀਪਾ ਨਹੀਂ ਲਾਉਣਾ ਉਹ ਤੇ ਸਾਡਾ ਕੀ ਵਿੱਚ ਕਮਿਸ਼ਨ ਹੈਗਾ ਭਾਜੀ ਸਾਡਾ ਹਿਸਾਬ ਹੈਗਾ ਕਿ ਅਸੀਂ ਉੱਥੋਂ ਰਾਵੀ ਤੋਂ ਲਿਆਨੇ ਆ ਉਹ ਯਾਰ ਰਾਵੀ ਤੋਂ ਤੇ ਇਹ ਲਿਆਉਂਦੇ ਆ ਤੂੰ ਤਾਂ ਇੱਥੇ ਬੈਠਾ ਹੈ ਸਾਨੂੰ 300 ਰੁਪਈਆ ਬਾਈਦਾ ਭਾਜੀ ਇਹਦੇ ਚੋਂ ਆਹੋ ਇਹਦੇ ਚੋਂ 300 ਬਾਈਦਾ ਨਹੀਂ ਇਹ ਤਾਂ ਕੁਝ ਬਾਈਦਾ ਤੇ ਸਾਡੀਆਂ ਰੋਟੀ ਵੀ ਖਾ ਜਾਂਦਾ ਇੱਥੇ ਪਈ ਹੋਈ ਉਹ ਟਰਾਲੀ ਚੋਂ ਬਾਈਦਾ ਹਾਂ ਟਰਾਲੀ ਚੋਂ ਬਾਈਦਾ ਭਾਜੀ ਅੱਛਾ ਅੱਛਾ ਚਲੋ ਮੈਂ ਤੇਰੀ ਗੱਲ ਨਹੀਂ ਕਰਦਾ ਰੁਪਈਆ 1800 ਲੈ ਲੈ ਟਰਾਲੀ ਦੇ ਦੇ ਨਹੀਂ ਨਹੀਂ ਬਹੁਤ ਘੱਟ ਵਾ ਭਾਈ ਲੈ ਲੈ ਭਾਈ ਤੂੰ ਕਿੰਨਾ ਕਿੰਨਾ ਆਖਰੀ ਗੱਲ ਦੱਸ ਦੇ ਨਾ ਤੂੰ ਆਪਣੀ ਕਵਰੇ ਪੈਣਾ ਤੇ ਨਾ ਮੈਂ ਤੈਨੂੰ ਪੈਣ ਦੇਣਾ ਠੀਕ ਹੈ ਤੂੰ ਮੈਨੂੰ ਦੱਸ ਕਿੰਨੇ ਪੈਸੇ 2400 ਰੁਪਈਆ 1900 ਰੁਪਈਆ ਠੀਕ ਆ ਦੇ ਯਾਰ ਮਿਸਤਰੀ ਲੱਗੇ ਉੱਥੇ ਘਰ ਘਰ ਅੱਛਾ ਇੱਕ ਟਰਾਲੀ ਮੈਨੂੰ ਖੁਸ਼ਕ ਵੀ ਚਾਹੀਦੀ ਆ ਕੱਲ੍ਹ ਨਾ ਮੇਰੇ ਭਰਾ ਦਾ ਵਿਆਹ ਹੈ ਉਹ ਬਰਾਤ ਜਦੋਂ ਜਾਣੀ ਆ ਤਾਂ ਅਸੀਂ ਸਾਡੇ 'ਤੇ ਗਿਆ ਕਿ ਉਹ ਫੁੱਲ ਸੁੱਟਦੇ ਨਾ ਅਸੀਂ ਇੱਕ ਦੂਜੇ 'ਤੇ ਰੇਤ ਸੁੱਟੀ ਦੀ ਆ ਉਹ ਅੱਖਾਂ 'ਚ ਪੈਂਦੀ ਨਾ ਤਾਂ ਫਿਰ ਬੜਾ ਮਜ਼ਾ ਹੁੰਦਾ ਅਤੇ ਬਰਾਤ ਦਾ ਇੰਤਜ਼ਾਮ ਰਾਵੀ 'ਤੇ ਹੀ ਕਰ ਲਓ ਸਾਡੀ ਹਾਲਤ ਬੰਦ ਹੋ ਗਏ ਹੋ ਸਕਦਾ ਰਾਵੀ 'ਤੇ ਹੋ ਜੇ ਲੇਕਿਨ ਖੁਸ਼ਕ ਚਾਹੀਦੀ ਆ ਉਹ ਜ਼ਿਆਦਾ ਅੱਖਾਂ 'ਚ ਪਵੇ ਨਾ ਯਾਰ ਦੇ ਦੇ 500 ਬਚ ਰਿਹਾ ਦੇ ਦੇ ਸਿਰ 'ਚ ਨਾ ਪਵੇ ਸਿਰਫ ਅੱਖਾਂ 'ਚ ਪਵੇ ਚਲੋ ਵੇਖ ਕੇ ਅੱਖਾਂ ਖੋਲ ਕੇ ਪਾ ਰਹੇ ਉਹਨਾਂ ਬੁੱਕਾਂ ਭਰ ਕੇ ਉਹਨਾਂ ਦੇ ਮਾਮੇ ਮੇਰੇ ਤੇ ਜ਼ਿਆਦਾ ਪਵੇ ਜ਼ਰਾ ਉਹ ਬਹੁਤ ਸ਼ੋਖਾ ਨੀਂਦਰਾ ਨਹੀਂ ਪਾਉਂਦਾ ਨਹੀਂ ਉਹ ਰਿਵਾਜ਼ ਹੁੰਦਾ ਨਾ ਕਿਸੇ ਦੇ ਵਿੱਚ ਰਿਵਾਜ਼ ਹੁੰਦਾ ਵਾ ਨਿਉਂਦਰੇ ਪਾਉਣੇ ਇੱਕ ਦੂਜੇ ਦੇ ਫੁੱਲ ਸੁੱਟਣੇ ਮਿਲਣੀ ਜਦੋਂ ਕਰੀ ਦੀ ਨਾ ਅਸੀਂ ਇੱਕ ਦੂਜੇ ਦੇ ਉੱਤੇ ਰੇਤ ਪਾਈ ਦੀ ਆ ਅਗਲੇ ਵਿਆਹ 'ਤੇ ਤੁਸੀਂ ਛੁਰੀ ਨਾਲ ਅੱਖਾਂ ਕੱਢੋਗੇ ਉਹਨਾਂ ਦੀਆਂ ਜੰਗਲੀ ਕਬੀਲਾ ਸਾਡਾ ਨਹੀਂ ਰਿਵਾਜ਼ ਹੁੰਦਾ ਨਾ ਆਪੀ ਕਹਿਣ ਦੇ ਰਿਵਾਜ਼ ਆ ਨਹੀਂ ਯਾਰ ਜ਼ਿਆਦਾ ਚਲੋ ਤੂੰ 2000 ਰੁਪਈਆ ਭਾਈ 2200 ਰੁਪਈਆ ਲੱਗੇਗਾ ਯਾਰ ਹੁਣ 2000 ਦੇਂਦੇ ਆ ਇਹਨੂੰ ਯਾਰ ਭਾ ਤੂੰ ਤੇ ਗੱਲ ਕਰ ਯਾਰ ਭਾ ਮਸ਼ਤਾਕ ਇੱਥੇ ਬੈਠਾ ਭਾ ਮਸ਼ਤਾਕ 2200 ਰੁਪਈਆ ਜਿਹੜਾ ਨਾ ਉਹ ਠੀਕ ਆ ਨਾ 2000 ਯਾਰ ਚੱਲ 200 2000 ਦੇ ਦੇ ਯਾਰ ਉਹ 2200 ਕਿ 11 ਬਾਈ ਆ ਤੂੰ ਤੂੰ ਤੇਰਾ 2200 ਬਣਦਾ 2200 ਠੀਕ ਆ ਚਲੋ ਐਡਰੈਸ ਲਿਖਾਓ 2200 ਠੀਕ ਆ ਐਡਰੈਸ ਲਿਖਾਓ ਆਪਣਾ ਤੇ ਪਛਾਣਨੇ ਅਸੀਂ ਉੱਥੇ ਸੱਲੀ ਟਾਊਨ ਦੇਖਿਆ ਆਹੋ ਦੇਖਿਆ ਸੱਲੀ ਮੈਂ ਨਹੀਂ ਵੇਖਿਆ ਸੱਲੀ ਟਾਊਨ ਚ ਮੇਰਾ ਘਰ ਸੱਲੀ ਟਾਊਨ ਤੁਹਾਡਾ ਘਰ ਹੈ ਤੂੰ ਸਾਰੀ ਜ਼ਿੰਦਗੀ ਰਿਹਾ ਹੀ ਮਸੱਲੀ ਟਾਊਨ ਹੈ ਤੈਨੂੰ ਕੀ ਪਤਾ ਸੱਲੀ ਟਾਊਨ ਕਿੱਥੇ ਭਾਈ ਤੁਸੀਂ ਉਹ ਹੀ ਆਪਣਾ ਟਰਾਲੀ ਹੋ ਗਈ 2200 ਰੁਪਏ ਲੈਣਾ 2200 ਰੁਪਏ ਦੀ ਬਾਰੇ ਚ 2200 ਓਕੇ ਹੋ ਗਿਆ ਹਾਂਜੀ ਲਓ ਜੀ ਠੇਕੇਦਾਰ ਸਾਹਿਬ ਕੋਈ ਰਸੀਦ ਵਗੈਰਾ ਬਣਾਉਣੀ ਕਿ ਨਹੀਂ 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 ਰਸੀਦ ਦੀ ਜ਼ਰੂਰਤ ਨਹੀਂ ਗਾ ਅਗਰ ਕਹੋ ਤਾਂ ਰਸੀਦ ਵੀ ਦੇ ਦੇਵਾਂਗੇ ਨਹੀਂ ਰਸੀਦ ਤੇ ਨਹੀਂ ਹੁੰਦੀ ਮੇਰੇ ਖਿਆਲ ਨਹੀਂ ਹੁੰਦੀ ਰਸੀਦ ਉਹ ਭਾਈ ਤੁਸੀਂ ਸਿਰਫ ਐਡਰੈਸ ਲਿਖਾਉਣਾ ਵਾ ਹਾਂ ਐਡਰੈਸ ਲਿਖਾਓ ਤੇ ਅਸੀਂ ਤੁਹਾਡੇ ਬੂਹੇ ਅੱਗੇ ਅੱਛਾ 2200 ਰੁਪਏ ਦੀ ਅਗਰ ਕਿਸ਼ਤਾਂ ਤੇ ਲੈਣੀ ਹੋਵੇ ਮਤਲਬ ਕਿ ਯਾਰ ਕਿਹੜਾ ਪਾਗਲ ਆ ਤੈਨੂੰ ਰੇਤ ਜਿਹੜਾ ਕਿਸ਼ਤਾਂ ਦੇ ਦਿੰਦਾ ਯਾਰ ਹਰ ਚੀਜ਼ ਮਿਲਦੀ ਫਰਨੀਚਰ ਮਿਲਦਾ ਉੱਥੇ ਆਪਣਾ ਮੋਬਾਈਲ ਮਿਲ ਜਾਂਦਾ ਵਾ ਟੀਵੀ ਮਿਲ ਜਾਂਦਾ ਪੱਖਾ ਮਿਲ ਜਾਂਦਾ ਰੇਤ ਨਹੀਂ ਮਿਲ ਸਕਦੀ ਕਿਸ਼ਤਾਂ ਨਹੀਂ ਤੁਸੀਂ ਕੁੜੀ ਦੇ ਵਿਆਹ ਤੇ ਦੇਣੀ ਆ ਰੇਤ ਕੁੜੀ ਦੇ ਵਿਆਹ ਤੇ ਨਹੀਂ ਯਾਰ ਘਰ ਬਣ ਗਿਆ ਹੌਲੀ ਹੌਲੀ ਮੇਰਾ ਵੀ ਬਣ ਜਾਏਗਾ ਤੇਰਾ ਵੀ ਬਣਦਾ ਰਹੇਗਾ ਨਹੀਂ ਸੱਲੀ ਟਾਊਨ ਘਰ ਕਿੱਥੇ ਆ ਸੱਲੀ ਟਾਊਨ ਮੇਰਾ ਹੈਗਾ ਜੀ ਈ ਬਲੌਕ 'ਚ ਈ ਬਲੌਕ ਇੱਧਰ ਘਰਾਂ ਲ ਰਹਿੰਦੇ ਹੋ ਕਿ ਕਬਰਸਤਾਨ 'ਚ ਰਹਿੰਦੇ ਹੋ ਉਹ ਕਬਰਸਤਾਨ ਵੀ ਹੈ ਨਾ ਨਾਲ ਸੱਲੀ ਕਬਰਸਤਾਨ ਤੋਂ ਬਾਹਰ ਰਹਿੰਦਾ ਮੈਂ ਮੁਰਦਾ ਤੇਰੇ ਕੋਲ ਰੇਤ ਲੈਣ ਆਇਆ ਯਾਰ ਨਹੀਂ ਨਹੀਂ ਚਲੋ ਭਾਜੀ ਦਿਓ ਦਿਓ ਯਾਰ ਦਿਓ ਯਾਰ ਹੈਲੋ ਇਹ ਗਿਣ ਲਓ ਪੈਸੇ ਪੈਸੇ 100 ਆ ਗਿਣ ਕੇ ਲਵਾਂ ਉਹਨੂੰ 200 ਹੋ ਗਿਆ ਹੈਲੋ 2200 ਰੁਪਈਆ 2200 ਰੁਪਈਆ ਸਾਨੂੰ ਦਿਓ ਹੈ ਚਾਬੀ ਦਿਓ ਕੀ ਕਿਹਾ ਚਾਬੀ
ਚਾਬੀ ਟਰਾਲੀ ਦੀ ਉਹਦੀ ਕੀ ਵਜ੍ਹਾ ਹੋਈ ਯਾਰ ਟਰਾਲੀ ਦੀ ਗੱਲ ਹੋਈ 2200 ਦੀ ਟਰਾਲੀ ਤੂੰ ਕਹਿ ਮੈਂ ਤੈਨੂੰ ਦੇ ਦੇਣਾ ਵਾ ਤੂੰ ਚਾਬੀ ਦੇ ਆਪਣੇ ਉਹ ਭਾਈ 2200 ਤੋਂ ਮੁਰਾਦ ਰੇਤ ਦਾ 2200 ਹੈ ਹਾਂਜੀ ਰੇਤ ਦਾ ਤੇ ਰੇਤ ਹੀ ਆ 2200 ਦੀ ਮੈਂ ਕਹਿਣ ਦਿਆ ਵਿੱਚ ਟਰਾਲੀ ਵੀ ਆ ਉਹ ਕਿਹੜੀ ਵਿੱਚ ਟਰਾਲੀ ਭਾਈ ਨਹੀਂ ਤੂੰ ਭਾਈ ਦੇ ਮੈਨੂੰ ਨਹੀਂ ਪਤਾ ਮੇਰੀ ਗੱਲ ਸੁਣ ਕੀ 2200 ਰੁਪਏ ਦੀ ਰੇਤ ਦੇਣੀ ਅਸੀਂ ਤੁਹਾਨੂੰ ਲਾ ਕੇ ਪਹੁੰਚ ਪਹੁੰਚ ਜੜੀ ਆ ਪਹੁੰਚ ਜੜੀ ਆ ਰੇਤ ਦੀ ਪਹੁੰਚ ਅਸੀਂ ਤੁਹਾਨੂੰ ਰੇਤ ਦੀ ਗੱਲ ਹੋਈ ਆ ਨਹੀਂ 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 ਟਰਾਲੀ ਦੀ ਗੱਲ ਹੋਈ ਆ ਉਹ ਭਾਜੀ ਗੱਲ ਇੰਜੀ ਹੁੰਦੀ ਆ ਵੀ ਟਰਾਲੀ ਦੀ ਲੇਕਿਨ ਟਰਾਲੀ ਤੋਂ ਮੁਰਾਦ ਭਾਈ ਰੇਤ ਦਾ 2200 ਦਿੱਤਾ ਵਾ ਟਰਾਲੀ ਦੀ ਗੱਲ ਹੋਈ ਆ ਯਾਰ ਆ ਛੱਡ ਯਾਰ ਯਾਰ ਛੱਡ ਕੀ ਦੀ ਭਾਈ ਹੈਲੋ ਭਾਈ ਮੇਰੀ ਗੱਲ ਇਹ ਵੀ ਦੇ ਸਾਚਾ ਵੀ ਵਿੱਚ ਆ ਯਾ ਵਿੱਚ ਕਾਹਦਾ ਵਾ ਉਹ ਭਾਈ ਪਾਣੀ ਦਾ ਤਰੌਂਕਾ ਲਾਉਣ ਵਾਸਤੇ ਸੀ ਉਹ ਕੈਨ ਰੱਖਿਆ ਮੈਂ ਨਹੀਂ ਜਾ ਕੇ ਲਾਉਣਾ ਆ ਚੱਲ ਛੱਡ ਯਾਰ ਤੂੰ ਟਰਾਲੀ ਦੇ ਭਾਈ ਕਿਹੜੀ ਟਰਾਲੀ ਮੈਨੂੰ ਚਲਾਉਣੀ ਆਉਂਦੀ ਮੈਂ ਲੈ ਜਾਗਾ ਉਹ ਭਾਈ 2200 ਰੁਪਇਆ ਰੇਤ ਦਾ ਲਾਇਆ ਵਾ ਟਰਾਲੀ ਦੀ ਹੋਈ ਗੱਲ ਯਾਰ ਉਹ ਕਿਹੜੀ ਟਰਾਲੀ ਦੀ ਹੋਈ ਆ ਪਾਗਲ ਆ ਅਸੀਂ ਇੱਥੇ ਬੈਠੇ ਆ ਤੂੰ ਕਹਿ ਨਹੀਂ 2200 ਦੀ ਟਰਾਲੀ ਦੇ ਤੇ ਰੇਤ ਦੀ ਗੱਲ ਹੋਈ ਆ ਕਿ ਤੈਨੂੰ ਪੂਰੀ ਟਰਾਲੀ ਅਸੀਂ ਲੱਖਾਂ ਦੀ ਦੇ ਦਈਏ ਲੈ ਰੇਤ ਲਾ ਲਾ ਮੈਂ 2200 ਚ ਏਡਾ ਤੂੰ ਕਿਤੇ ਕਾਰੀਗਰ ਯਾਰ ਭਾਪ ਉਸਤਾਦ ਨੇ ਨੂੰ ਸਮਝਾ ਕੌਣ ਆਏ ਮੁਸ਼ਤਾਕ ਦੀ ਕਿਹੜੀ ਗੱਲ ਆ ਭਾਈ ਠੀਕ ਆ ਆ ਛੱਡ ਯਾਰ ਉਹ ਮੇਰੀ ਗੱਲ ਸੁਣੋ ਹੈਲੋ ਤੇਰੀ ਕੀ ਗੱਲ ਸੁਣਾ ਭਾਈ ਤੈਨੂੰ ਸਿੱਧਾ ਨੇ ਪੈਸੇ ਦਿੱਤੇ ਆ ਉਹ ਕਿਹੜੇ ਪੈਸੇ ਦਿੱਤੇ ਆ 2200 ਰੇਤ ਦਾ ਵਾ ਪੈਸੇ ਟਰਾਲੀ ਤੈਨੂੰ ਲੱਖਾਂ ਦੀ ਕਿੱਦਾਂ ਦੇ ਦਈਏ ਅਸੀਂ ਪਾਗਲ ਆ ਬੈਠੇ ਇੱਥੇ ਤੂੰ ਆਪ ਗਿਆ 2200 ਦੀ ਟਰਾਲੀ ਜਿਹੜੀ ਭਾਈ ਯਾਰ ਰੇਤ ਦੀ ਭਾਜੀ ਗੱਲ ਕੀਤੀ ਆ ਰੇਤ ਦੀ ਆਹੋ ਚਲੋ ਮੇਰਾ ਭਰਾ ਸੀ 2200 ਦੇ ਮੇਰਾ 2200 ਤੇ ਡਰੈਸ ਲਿਖਾ ਤੇਰੀ ਰੇਤ ਦੇ ਮੇਰਾ ਉਹ ਭਾਈ ਰੇਤ ਘਰ ਲਾਵਾਂਗੇ ਮੈਨੂੰ ਪੈਸੇ ਦੇ ਦੇ ਤੂੰ ਉਹ ਪੈਸੇ ਤੈਨੂੰ ਕਾਹਦੇ ਦੇ ਦਈਏ ਅਸੀਂ ਉਹ ਭਾਈ ਰੇਤ ਦੀ ਗੱਲ ਹੋਈ ਆ ਸਮਝਦਾ ਨਾ ਮੈਂ ਕਿਉਂ ਥੱਲੇ ਚਾਬੀ ਚੁੱਪੀ ਮੈਂ ਨਹੀਂ ਦੇਣੀ ਕੋਈ ਭਾ ਮੈਂ ਜੱਟ ਜ਼ਿਮੀਦਾਰ ਬੰਦਾ ਮੈਂ ਚਲਾ ਲੈਣਾ ਟਰਾਲੀ ਆ ਆਪਣੇ ਫੜ ਪੈਸੇ ਨਹੀਂ ਪੈਸੇ ਨਹੀਂ ਚਾਹੀਦੇ ਮੈਨੂੰ ਹਾਂ ਟਰਾਲੀ ਚਾਹੀਦੀ ਰੇਤ ਦੀ ਟਰਾਲੀ ਚਾਹੀਦੀ ਕਿ ਤੈਨੂੰ ਸਾਰੀਆਂ ਅੱਗੇ ਲਾ ਦੀਆਂ ਟਰਾਲੀਆਂ ਤੇਰੇ 300 ਹੋਰ ਲੈ ਤੂੰ ਵੀ ਉੱਤੇ ਬਹਿ ਜਾ ਬਹੁਤ ਅੱਛੇ 300 ਏਡਾ ਤੂੰ ਵਪਾਰੀ ਆਇਆ ਨਵਾਂ ਹੀ ਹਲਾ ਫੜ ਪਰਾਂ ਥੱਲੇ ਉਹ ਭਾਈ ਦੇ ਹੈਲੋ ਥੱਲੇ ਹੋ ਥੱਲੇ ਕਿੱਧਰੋਂ ਵਾ ਥੱਲੇ ਹੋ ਇੱਧਰ ਇਹ ਮਾਲਕ ਆ ਅਸੀਂ ਇਹ ਤੈਨੂੰ ਅਸੀਂ 2200 ਚ ਦੇਣ ਲਈ ਨਹੀਂ ਖਲੋਤੇ ਅਸੀਂ ਚਲੋ ਠੀਕ ਆ ਗੁੱਸਾ ਚੰਗਾ ਮੈਂ ਗੁੱਸਾ ਕਾਹਦਾ ਕਰਨਾ ਮੇਰੀ ਗੱਲ ਸੁਣੋ ਪਾਗਲ ਬਣਾਇਆ ਮੇਰੀ ਗੱਲ ਸੁਣੋ ਤੁਹਾਡੇ ਨਾਲ ਮਜ਼ਾਕ ਕੀਤਾ ਸੀ ਇਹ ਅਲਬੇਲਾ ਟੀਵੀ ਤੇ ਚੱਲ ਰਹੇ ਹੋ ਤੁਸੀਂ ਇਸ ਵੇਲੇ ਕਿਹੜਾ ਅਲਬੇਲਾ ਟੀਵੀ ਅਲਬੇਲਾ ਟੀਵੀ ਨਹੀਂ ਦੇਖਦੇ ਆਹੋ ਦੇਖਦਾ ਮੈਂ ਉਹਦੇ ਚੋਂ ਇੱਕ ਮੁੰਡਾ ਤੀਲੀ ਜਿਹਾ ਵਰਗਾ ਗੱਲਾਂ ਕਰਦਾ ਉਹ ਤੁਸੀਂ ਹੋ ਹਾਂਜੀ ਹਾਂਜੀ ਲਾਸ਼ ਵਰਗੇ ਉਹਦੇ ਵਾਲ ਵੇਖ ਕੇ ਨਾ ਕਹੋ ਜੀ ਅਲਬੇਲਾ ਟੀਵੀ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਭਾਜੀ ਮੈਂ ਤੇ ਲੱਗਾ ਸੀ ਗੁੱਸੇ ਹੁਣ ਤੇ ਆਹ ਜਿਹੜਾ ਭਾ ਦਾ ਟੀਵੀ ਆ ਨਾ ਹਸਾਉਂਦਾ ਹਸਾਉਂਦਾ ਲੋਕਾਂ ਨੂੰ ਤੇ ਇਹਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਵੀ ਕਰੋ ਤੇ ਆਹ ਫੜ ਭਾਈ ਪੈਸੇ ਸਿੱਧਾ ਲਾਈਕ ਕਰੋ ਸਬਸਕ੍ਰਾਈਬ ਕਰੋ ਔਰ ਰੇਤ ਕਰੋ ਅਗਰ ਆਪ ਹਮਾਰੀ ਮਜ਼ੀਦ ਵੀਡੀਓਜ਼ ਦੇਖਣਾ ਚਾਹਤੇ ਹੈ ਤੋ ਹਮਾਰਾ ਚੈਨਲ ਸਬਸਕ੍ਰਾਈਬ ਕਰੇਂ ਔਰ ਬੈਲ ਆਈਕਨ ਦਬਾ ਦੇ ਐਸੇ ਕਰਕੇ